ਸਸਰੀ ਕਾਲਜੀ ਸਟੱਡੀ ਬਾਰ ਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਪੀਐਸਪੀਸੀਐਲ ਤੇ ਪੀਐਸਟੀਸੀਐਲ ਨਿਊ ਅਪਡੇਟ ਕਰ ਦਿੱਤੀ ਗਈ ਆ ਪ੍ਰਿੰਟਸ ਲਈ ਵੱਡੀ ਅਪਡੇਟ ਕੀਤੀ ਕੁਝ ਪੋਸਟਾਂ ਦੀ ਆਪਾਂ ਗੱਲ ਕਰੀ ਆ ਪ੍ਰਿੰਟਸ ਵਾਸਤੇ ਤੇ ਕੁਝ ਪੋਸਟਾਂ ਹੋਰ ਜੋ ਉਸਦੀ ਜੋ ਵੱਡੀ ਅਪਡੇਟ ਕਰ ਦਿੱਤੀ ਪੀਐਸਟੀਸੀਐਲ ਤੇ ਪੀਐਸਪੀਸੀਐਲ ਡਿਵੀ ਲਈ ਸਟਾਉਟ ਦੋ ਨਿਊ ਨੋਟਿਸ ਜੋ ਜਾਰੀ ਕੀਤੇ ਗਏ ਨੇ ਪੀਐਸਪੀਸੀਐਲ ਤੇ ਪੀਐਸਟੀਸੀਐਲ ਦੇ ਬੱਚੇ ਜਰੂਰ ਵੇਖੋ ਵੀਡੀਓ ਤੇ ਬਾਅਦ ਤੋਂ ਆ ਸ਼ੇਅਰ ਜਰੂਰ ਕਰਦਿਆ ਕਰੋ ਜੋ ਵੀ ਤੁਸੀਂ ਸੋਸ਼ਲ ਮੀਡੀਆ ਯੂਜ਼ ਕਰਦੇ ਹੋ ਆਪਣਾ ਵਟਸਐਪ ਗਰੁੱਪ ਹੋ ਗਿਆ ਟੈਲੀਗ੍ਰਾਮ ਗਰੁੱ ਉਸਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਕਿਸੇ ਹੋਰ ਬੱਚੇ ਦੀ ਹੈਲਪਪ ਕਰ ਸਕੀਏ ਠੀਕ ਹੈ ਵੱਧ ਤੋਂ ਵੱਧ ਜੋ ਸ਼ੇਅਰ ਜ਼ਰੂਰ ਕਰਦਿਆ ਕਰੋ ਬਾਕੀ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਟੈਲੀਗ੍ਰam ਗਰੁੱਪ ਦਾ ਲਿੰਕ ਸਵਿਟ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਕਲਿੱਕ ਕਰਕੇ ਤਾਂ ਜੁਆਇਨ ਕਰ ਸਕਦੇ ਹੋ ਕਾਫੀ ਚਿਰ ਤੋਂ ਮੈਂ ਵੀਡੀਓ ਨਹੀਂ ਅਪਲੋਡ ਕਰ ਰਿਹਾ ਠੀਕ ਹੈ ਕੁਝ ਪ੍ਰੋਬਲਮਸ ਕਾਰਨ ਜੋ ਠੀਕ ਹੈ ਪਹਿਲਾਂ ਵੀ ਮੈਂ ਕਿਹਾ ਸੀ ਕਿ ਕੁਝ ਪ੍ਰੋਬਲਮਸ ਨੇ ਠੀਕ ਉਸ ਠੀਕ ਹੈ ਕਾਰਨ ਜੋ ਮੈਂ ਵੀਡੀਓ ਅਪਲੋਡ ਨਹੀਂ ਕਰ ਰਿਹਾ ਤੇ ਅੱਜ ਜੋ ਵੀਡੀਓ ਅਪਲੋਡ ਕਰਨ ਜਾ ਰਿਹਾ ਜੋ ਪਹਿਲਾਂ ਦੀ ਅਪਡੇਟ ਆਈ ਹੋਈ ਹੈ ਠੀਕ ਇੱਕ ਪੀਐਸਪੀਸਲ ਦੀ ਤੇ ਪੀਐਸਟੀਸਲ ਦੀ ਕਰ ਲਈ ਅਪਡੇਟ ਕੀਤੀ ਗਈ 26 ਮਈ 2023 ਦੀ ਤਾਂ ਦੋਵੇਂ ਜੋ ਵੀ ਅ ਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਸਕਿੱਪ ਨਹੀਂ ਕਰਨਾ ਤੇ ਰੈਗੂਲਰ ਤੁਹਾਨੂੰ ਅਪਡੇਟ ਦਿੰਦੇ ਰਹੀਏ ਰੈਗੂਲਰ ਆਪਾਂ ਉਹਨਾਂ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਰੈਗੂਲਰ ਤੁਹਾਨੂੰ ਜੋ ਵੀ ਅਪਡੇਟ ਹੁੰਦੀ ਤੁਹਾਨੂੰ ਸਮੇਂ ਸਿਰ ਜੋ ਵੀ ਜਾਣਕਾਰੀ ਦਿੱਤੀ ਜਾਵੇ ਤਾਂ ਕੋਸ਼ਿਸ਼ ਕਰਾਂਗੇ ਆਪਾਂ ਹੁਣ ਤੋਂ ਜੋ ਰੈਗੂਲਰ ਵੀਡੀਓ ਅਪਲੋਡ ਕਰਨ ਦੀ ਤਾਂ ਕੁਝ ਪ੍ਰੋਬਲਮਸ ਕਾਰਨ ਜੋ ਵੀਡੀਓ ਨਹੀਂ ਅਪਲੋਡ ਕਰ ਪਾਇਆ ਤਾਂ ਹੁਣ ਤੁਹਾਨੂੰ ਜੋ ਠੀਕ ਹੈ ਰੈਗੂਲਰ ਆਪਾਂ ਕੋਸ਼ਿਸ਼ ਕਰਾਂਗੇ ਵੀਡੀਓ ਅਪਲੋਡ ਕੀਤੀ ਜਾਂ ਤੁਹਾਡੇ ਤੱਕ ਜੋ ਵੀ ਜਾਣਕਾਰੀ ਜੋ ਵੀ ਸਾਂਝਾ ਕੀਤੀ ਜਾਵੇ ਜੋ ਵੀ ਨਵੀਂ ਅਪਡੇਟ ਆਉਂਦੀ ਤੁਹਾਡੇ ਤੱਕ ਪਹੁੰਚਾਈ ਜਾਵੇ ਤਾਂ ਸ਼ੁਰੂ ਕਰਦੇ ਆਂ ਅੱਜ ਦੀਆਂ ਜੋ ਸਾਰੀਆਂ ਅਪਡੇਟਸ ਤੁਹਾਨੂੰ ਇਸ ਵੀਡੀਓ ਵਿੱਚ ਮਿਲਣਗੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਸਕਿਪ ਨਹੀਂ ਕਰਨਾ ਜੇਕਰ ਚੈਨਲ ਦੇ ਬਾਰੇ ਰਿਜ਼ਲਟ ਕਿਦਾਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਨੂੰ ਸਭ ਤੋਂ ਪਹਿਲਾਂ ਆਪਾਂ ਜੋ ਗੱਲ ਕਰਦੇ ਪੀਐਸਪੀਸੀਐਲ ਵੱਲੋਂ ਜੋ ਆਊਟ ਕੀਤੀ ਗਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਇਹਨਾਂ ਵੱਲ ਜੋ ਆਊਟ ਕੀਤੀ ਗਈ ਸਭ ਤੋਂ ਪਹਿਲਾਂ ਇੱਥੇ ਦੇਖੋ ਪੀਐਸਪੀਸੀਐਲ ਜੋ ਪਬਲਿਸ਼ ਜੋ ਨੋਟੀਫਿਕੇਸ਼ਨ ਹੈ ਇੱਥੇ 19 1 2023 ਨੂੰ ਜਾਰੀ ਕੀਤਾ ਗਿਆ ਠੀਕ ਉਸ ਪਰ ਐਪਲੀਕੇਸ਼ਨ ਜੋ ਠੀਕ ਹੈ ਆਪਣੇ ਡਿਗਰੀ ਡਿਪਲੋਮਾ 홀ਡਰ ਜੋ 1 ਸਾਲ ਮੈਰਿਟ ਲਿਸਟ ਤੇ ਬਿਖੋ ਜੁਨੀਅਰ ਗ੍ਰੈਜੂਏਟ ਜੋ 172 ਕੈਂਡੀਡੇਟ ਸੀ ਡਿਪਲੋਮਾ ਦੀ ਗੱਲ ਕਰੀ ਤਾਂ 174 ਹੋ ਗਏ ਠੀਕ ਹੋ ਉਸ ਪਰ ਗ੍ਰੈਜੂਏਟ ਦੀ ਗੱਲ ਕਰੀ 247 ਨੰਬਰ ਜੋ ਐਪਲੀਕੈਂਟ ਕੈਂਡੀਡੇਟ ਸੀ ਤੇ ਜਿਸ ਦੀ ਵੈਬਸਾਈਟ ਤੇ ਅਪਲੋਡ ਕੀਤੀ ਗਈ ਸੀ ਟੀਕ 19 4 2023 ਨੂੰ ਤੇ ਉਸ ਤੋਂ ਬਾਅਦ ਇੱਕ ਹੋਰ ਜੋ ਨਾਮ ਮੈਂਸ਼ਨ ਕੀਤਾ ਗਿਆ ਜੋ ਪਬਲਿਕ ਨੋਟਿਸ ਰਿਗਾਰਡਿੰਗ ਡਾਕੂਮੈਂਟ ਚੈਕਿੰਗ ਸ਼ਡਿਊਲ ਆਫ ਵੈਰੀਅਸ ਕੈਟਾਗਰੀ ਠੀਕ ਹੈ ਜੋ ਅਪਲੋਡ ਪੀਐਸਪੀਸੀਐਲ ਜੋ ਵੈਬਸਾਈਟ 24 4 2023 ਨੂੰ ਅਪਲੋਡ ਕੀਤਾ ਗਿਆ ਸੀ ਠੀਕ ਉਸ ਤੋਂ ਬਾਅਦ ਸੈਡ ਪਬਲਿਕ ਆਪਣਾ ਪਬਲਿਕ ਨੋਟਿਸ ਇਟ ਫਦਰ ਨੋਟਿਸ ਜੋ ਕੈਂਡੀਡੇਟ ਠੀਕ ਹੈ ਤੇ ਮੈਂਸ਼ਨ ਕੀਤਾ ਗਿਆ ਹੈ ਬਰਲੇ ਜੋ ਨਾਟ ਸਬਮਿਟ देयर ਪੰਜਾਬ ਡੋਮਿਸਾਈਲ ਠੀਕ ਹੈ ਪੰਜਾਬ ਡੋਮਿਸਾਈਲ ਸਰਟੀਫਿਕੇਟ ਇਸ਼ੂ ਹੋਣਾ ਚਾਹੀਦਾ 1-1-2023 ਦਾ ਜਾਂ ਇਸ ਤੋਂ ਬਾਅਦ ਦਾ ਬਣਿਆ ਹੋਣਾ ਚਾਹੀਦਾ ਹੈ ਤਾਂ ਸੇਮ ਜੋ ਠੀਕ ਹੈ ਤੁਸੀਂ ਜੋ ਸਬਮਿਟ ਕਰ ਸਕਦੇ ਨਾਲ ਐਡਰੈਸ ਮੈਂਸ਼ਨ ਕੀਤਾ ਗਿਆ ਇੱਥੇ ਦੇਖ ਸਕਦੇ ਹੋ ਠੀਕ ਹੈ ਆ ਆਪਣਾ ਐਡਰੈਸ ਮੈਂਸ਼ਨ ਕੀਤਾ ਕਿ ਐ ਡੀ ਡੀ ਐਲ ਐਸ ਸੀ ਓ ਡੀ ਐਮ ਡੀ ਪੀ ਐਸ ਪੀਸ਼ਲ ਸ਼ਕਤੀ ਵਿਆਰ ਪਟਿਆਲਾ ਠੀਕ ਹੈ ਇਸ ਅਡਰੈਸ ਤੇ ਤੁਸੀਂ ਜੋ ਜਮਾ ਕਰਵਾ ਸਕਦੇ ਸਬਮਿਟ ਕਰ ਸਕਦੇ ਹੋ ਠੀਕ ਹੈ 31 ਮਈ 2023 ਤੱਕ ਜਮਾ ਕਰਵਾ ਸਕਦੇ ਹੋ ਤੇ ਉਸ ਵਾਰ ਇੱਥੇ ਮੈਂਸ਼ਨ ਕੀਤਾ ਕਿ ਜਿਹੜੇ ਡਾਕੂਮੈਂਟਾਂ ਬੜਾ ਜਮਾ ਨਹੀਂ ਕਰਵਾਉਣਗੇ ਜੋ ਠੀਕ ਹੈ ਡੋਮਿਸાઇલ ਸਰਟੀਫਿਕੇਟ 31 ਮਈ ਤੱਕ ਤੇ ਉਹਨਾਂ ਨੂੰ ਜੋ ਰਿਜੈਕਟ ਵਗੈਰਾ ਕਰ ਦਿੱਤਾ ਜਾਵੇਗਾ ਵਿਚਾਰਿਆ ਨਹੀਂ ਜਾਵੇਗਾ ਪ੍ਰਿੰਟਸ ਟ੍ਰੇਨਿੰਗ ਵਾਸਤੇ ਤੇ ਜੋ ਮੈਂਸ਼ਨ ਕੀਤਾ ਗਿਆ ਤੇ ਸਾਰਾ ਕੁਝ ਤੁਸੀਂ ਜੋ ਨੋਟੀਫਿਕੇਸ਼ਨ ਵਿੱਚ ਵੇਖ ਸਕਦੇ ਤੁਹਾਨੂੰ ਪਹਿਲਾਂ ਹੀ ਮਿਲ ਗਿਆ ਨਾ ਕਾਫੀ ਜੋ ਠੀਕ ਹੈ 3-4 ਦਿਨ ਸ਼ਾਇਦ ਹੋ ਗਏ ਨੇ ਇਸ ਨੋਟੀਫਿਕੇਸ਼ਨ ਆਏ ਨੂੰ ਤੇ ਮੈਂ ਕਾਫੀ ਪ੍ਰੋਬਲਮਸ ਠੀਕ ਇਸ ਕਰਕੇ ਵੀਡੀ ਕਤ ਜੋ ਜੋ ਵੀ ਕੈਂਡੀਡੇਟ ਹੈਗੇ ਜਿਨਾਂ ਨੂੰ ਨਹੀਂ ਪਤਾ ਤੇ ਉਹਨਾਂ ਨੂੰ ਸ਼ਾਇਦ ਪਤਾ ਚੱਲ ਜੇ ਤੇ ਉਹਨਾਂ ਦੇ ਕੁਝ ਹੈਲਪ ਹੋ ਸਕੇ ਤਾਂ ਤੁਸੀਂ ਜੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਉਹਨਾਂ ਨੂੰ ਜੋ ਆਪਾਂ ਗੱਲ ਕਰਦੇ ਜੋ ਪੀਐਸਟੀਸੀਲ ਵੱਲੋਂ ਆਊਟ ਕੀਤਾ ਗਿਆ ਹੈ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਪੀਐਸਟੀਸੀਲ ਵੱਲੋਂ ਜੋ ਆਊਟ ਕੀਤਾ ਗਿਆ ਪੰਜਾਬ ਸਟੇਟ ట్రాన్స్‌ਮਿਸ਼ਨ ਕਾਰਪੋਰੇਸ਼ਨ ਲਿਮਟਿਡ ਇਹਨਾਂ ਵੱਲ ਜੋ ਆਊਟ ਕੀਤਾ ਗਿਆ ਫਾਈਨਲ ਜੋ ਲਾਸਟ ਕਾਲ ਤੁਹਾਨੂੰ ਜੋ ਇੱਕ ਹੋਰ ਆਪਣਾ ਆਖਰੀ ਚਾਂਸ ਦਿੱਤਾ ਗਿਆ ਲਾਸਟ ਜੋ ਡਾਕੂਮੈਂਟ ਚੈਕਿੰਗ ਦਾ ਜੋ ਕੈਂਡੀਡੇਟ ਹੈਗੇ ਸੀ ਐਬਸੈਂਟ ਸੀ 25 ਆਪਣਾ 5 2023 ਨੂੰ ਐਬਸੈਂਟ ਸੀ ਉਹਨਾਂ ਨੂੰ ਜੋ ਮੌਕਾ ਦਿੱਤਾ ਗਿਆ ਤੇ ਵੇ ਸ਼ਕਤੀ ਸਦਨ ਪੀਐਸਟੀਸੀ ਪਟਿਆਲਾ ਇੱਥੇ ਮੈਂਸ਼ਨ ਕੀਤਾ ਗਿਆ ਹੈ ਚਾਰਟੀ ਸਾਰਾ ਕੁਝ ਦੇਖ ਸਕਦੇ ਹੋ ਜੋ ਐਡਰੈਸ ਦਿੱਤਾ ਤੇ ਉਸ ਤੋਂ ਬਾਅਦ ਇੱਥੇ ਡੇਟ ਦੇਖ ਸਕਦੇ ਹੋ 2 6 2023 2 ਜੂਨ 2023 ਸ਼ੁੱਕਰਵਾਰ ਤੁਸੀਂ ਜੋ ਡਾਕੂਮੈਂਟ ਵੈਰੀਫਿਕੇਸ਼ਨ ਕਰਵਾ ਸਕਦੇ ਹੋ ਠੀਕ ਹੈ ਤੇ ਉਸ ਤੋਂ ਬਾਅਦ ਰਿਪੋਰਟਿੰਗ ਟਾਈਮ ਹੈਗਾ ਸਵੇਰੇ 8 ਵਜੇ ਦਾ ਠੀਕ ਹੈ 8 ਵਜੇ ਰਿਪੋਰਟਿੰਗ ਟਾਈਮ ਹੈ ਤੇ ਪੋਸਟਾਂ ਦੀ ਗੱਲ ਕਰੀ ਤਾਂ ਐਲ ਡੀਸੀ ਹੋ ਗਿਆ ਟਾਈਪਿਸਟ ਹੋ ਗਿਆ ਠੀਕ ਉਸ ਤੋਂ ਬਾਅਦ ਥੱਲੇ ਸਕਰੋਲ ਕਰੋਗੇ ਤਾਂ ਇੱਥੇ ਦੇਖੋ ਲ ਐਲ ਡੀਸੀ ਜੋ ਅਕਾਊਂਟਰਸ ਹੋ ਗਿਆ ਜਾਈ ਸਿਵਲ ਹੋ ਗਿਆ ਜਾਈ ਸਬ ਸਟੇਸ਼ਨ ਹੋ ਗਿਆ ਜਿਹੜਾ ਪ ਨੰਬਰ ਕੈਂਡੀਡੇਟ ਨੇ ਫਾਦਰ ਨੇਮ ਕੈਟਾਗਰੀ ਸਾਰਾ ਕੁਝ ਇੱਥੇ ਮੈਂਸ਼ਨ ਕੀਤਾ ਕਿਨੇ ਤੁਹਾਡੇ ਨੰਬਰ ਡੇਟ ਆਫ ਬਰਥ ਮੇਲ ਫੀਮੇਲ ਜੋ ਵੀ ਜੈਂਡਰ ਸੀ ਸਾਰਾ ਕੁਝ ਚੈੱਕ ਕਰ ਲੈਣਾ ਤੇ ਬਾਕੀ ਇਹ ਨੋਟੀਫਿਕੇਸ਼ਨ ਤੁਹਾਨੂੰ ਜੋ ਮਿਲ ਜੇਗਾ ਮੇਰੇ ਟੈਲੀਗ੍ਰam ਗਰੁੱਪ ਤੇ ਜੁਆਇਨ ਜ਼ਰੂਰ ਕਰ ਲੈਣਾ ਉੱਤੇ ਮੈਂ ਦੋਵੇਂ ਨੋਟੀਫਿਕੇਸ਼ਨ ਪਾ ਦਾਂਗਾ ਤੁਸੀਂ ਜੋ ਰੀਡ ਆਊਟ ਕਰਕੇ ਇੱਕ ਵਾਰੀ ਦੇਖ ਲੈਣਾ ਠੀਕ ਹੈ ਤਾਂ ਇਹ ਜੋ ਜਾਣਕਾਰੀ ਸੀ ਅਪਡੇਟ ਸੀ ਦੋ ਅਪਡੇਟ ਕੀਤਾ ਕਿ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਸੀ ਤਾਂ ਰੈਗੂਲਰ ਹੋਣ ਦੀ ਅਸੀਂ ਕੋਸ਼ਿਸ਼ ਕਰਾਂਗੇ ਤਾਂ ਬਾਕੀ ਠੀਕ ਹੈ ਜੇਕਰ ਕੋਈ ਵੀ ਡਾਊਟ ਕੋਈ ਵਾਰੀ ਤਾਂ ਕਮੈਂਟ ਸੈਕਸ਼ਨ ਵਿੱਚ ਪ